ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਵਿੱਚ। ਅੱਜ ਆਪਾਂ ਇਸ ਵੀਡੀਓ ਦੇ ਵਿੱਚ ਜਮਾਤ 10ਵੀਂ ਵਾਲਿਆਂ ਦਾ ਗਣਿਤ ਵਿਸ਼ੇ ਦਾ ਪੇਪਰ, ਜਿਹੜੇ ਕਿ ਬਹੁਤ ਇੰਪੋਰਟੈਂਟ ਕੁਐਸਚਨ ਹੈ ਬੱਚਿਓ ਤੁਹਾਡੇ ਸਪਤੰਬਰ ਪੇਪਰ ਦੇ ਲਈ, ਤਾਂ ਬਸ ਇੱਕ ਰਿਕੁਐਸਟ ਹੈਗੀ ਹੈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਇਹ ਪੇਪਰ ਬਹੁਤ ਹੀ ਇੰਪੋਰਟੈਂਟ ਹੈ ਤੁਹਾਡਾ। ਜੇਕਰ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਦੇ ਹੋ, ਹਰ ਇੱਕ ਕੁਐਸਚਨ ਦਾ ਸਲਿਊਸ਼ਨ ਮੈਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਊਂਗੀ ਵਿਦ ਸਲਿਊਸ਼ਨ ਹੈ, ਹਰ ਇੱਕ ਕੁਐਸਚਨ ਸਮਝਾਇਆ ਜਾਵੇਗਾ, ਠੀਕ ਹੈ। ਤਾਂ ਬਸ ਤੁਸੀਂ ਸਕਿੱਪ ਨਹੀਂ ਕਰਨਾ ਹੈ, ਵਿੱਚ ਫੋਰਮੂਲੇ ਵੀ ਦੱਸੇ ਜਾਣਗੇ, ਠੀਕ ਹੈ। ਈਜ਼ੀ ਮੈਥਡ ਦੇ ਨਾਲ ਹਰ ਇੱਕ ਕੁਐਸਚਨ ਦੱਸਿਆ ਜਾਏਗਾ, ਤਾਂ ਜੋ ਤੁਸੀਂ ਇਹ 20 ਮਿੰਟ ਦੀ ਵੀਡੀਓ ਦੇ ਨਾਲ ਹੀ ਆਪਣੇ ਜਿਹੜੇ ਡਾਊਟ ਹੈ ਮੈਥ ਦੇ ਉਹ ਕਲੀਅਰ ਕਰ ਸਕੋ। ਬਸ ਇੱਕ ਰਿਕੁਐਸਟ ਹੈ, ਹੁਣ ਵੀਡੀਓ ਨੂੰ ਆਪਾਂ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਤੁਹਾਨੂੰ 1 ਮਾਰਕ ਕੁਐਸਚਨ ਆਉਣੇ ਨੇ। ਇਹ 1 ਮਾਰਕ ਇਸ ਤਰੀਕੇ ਦੇ ਨਾਲ ਹੀ ਆਉਣੇ ਨੇ, ਬਹੁਤ ਇੰਪੋਰਟੈਂਟ ਪੇਪਰ ਹੈ ਤੁਹਾਡਾ। ਤਾਂ ਤੁਸੀਂ ਫਸਟ ਕੁਐਸਚਨ ਦੇਖ ਸਕਦੇ ਹੋ, ਦਿੱਤੇ ਗਏ ਗੁਣਨਖੰਡ ਦੇ ਵਿੱਚ ਜਿਹੜਾ ਕੀ ਹੈਗਾ, ਇਹ ਕਹਿੰਦੇ ਰੁੱਖ ਵਿੱਚ ਅਗਿਆਤ ਸੰਖਿਆ ਕੀ ਹੋਵੇਗੀ, ਤਾਂ ਇਹਦੇ ਵਿੱਚ ਕਿਹੜੀ ਸੰਖਿਆ ਹੋਵੇਗੀ ਤਾਂ ਤੁਹਾਨੂੰ ਪਤਾ ਹੋਊਗਾ ਜਿਹੜਾ ਹੈਗਾ 3, 27, ਤਾਂ ਇੱਥੇ ਕਿਹੜੀ ਹੋਵੇਗੀ 9। ਆਪਾਂ ਨੈਕਸਟ ਕੁਐਸਚਨ ਦੇਖਦੇ, ਜੇਕਰ 2 ਸੰਖਿਆਵਾਂ ਦਾ ਮੰਮਾ ਸੱਸਾ ਵਾਵਾ 1 ਹੋਵੇ ਤਾਂ ਇਹਨਾਂ 2 ਸੰਖਿਆਵਾਂ ਨੂੰ ਕੀ ਕਹਿੰਦੇ ਹਨ, ਤਾਂ ਕੀ ਕਹਿੰਦੇ ਨੇ, ਸਹਿ ਅਪਾਜ। ਤਾਂ ਇਸਦਾ ਆਂਸਰ ਕੀ ਆਵੇਗਾ ਬੱਚੇ, ਸਹਿ ਅਪਾਜ। 1 2 ਘਾਤੀ ਬਹੁਪਦ PxAx² + BxC ≡ A = 0 ਨਾ ਹੋਵੇ ਤਾਂ A/C ਦਾ PX ਦੀਆਂ ਸਿਫਰਾਂ ਨਾਲ ਕੀ ਸੰਬੰਧ ਹੈ, ਤਾਂ ਇਸਦਾ ਹੈਗਾ ਸਿਫਰਾਂ ਦਾ ਗੁਣਨ ਫਲ ਹੋਵੇਗਾ। ਹਮੇਸ਼ਾ ਇਹ ਗੁਣਨ ਫਲ ਹੁੰਦਾ, ਜਿਹੜਾ B/A ਹੁੰਦਾ ਉਹ ਸਿਫਰਾਂ ਦਾ ਜੋੜ ਫਲ ਹੁੰਦਾ ਹੈ। ਯਾਦ ਰੱਖਿਓ ਬੱਚੇ, ਇਸ ਚੀਜ਼ ਦੇ ਵਿੱਚ ਬਹੁਤ ਕਨਫਿਊਜ਼ ਹੁੰਦੇ ਨੇ ਪੇਪਰ ਦੇ ਵਿੱਚ ਜਾ ਕੇ। ਨੈਕਸਟ ਹੈਗਾ, ਦਿੱਤੇ ਗਏ ਚਿੱਤਰ ਵਿੱਚ ਬਹੁਪਦ PX 2 ਸਿਫਰਾਂ ਦੀ ਗਿਣਤੀ ਹੈ, ਤਾਂ ਇਸਦਾ ਰਾਈਟ ਆਂਸਰ ਬੱਚੇ ਹੈਗਾ B option A 2, ਠੀਕ ਹੈ। ਅੱਗੇ ਨੈਕਸਟ ਕੁਐਸਚਨ ਹੈਗਾ, ਇਹ ਸਮੀਕਰਨ X-2Y0। ਨੈਕਸਟ ਬੱਚੇ ਕੁਐਸਚਨ ਹੈਗਾ ਇਹ, ਉਸ ਤੋਂ ਬਾਅਦ ਉਹਨਾਂ ਨੇ ਪੁੱਛਿਆ 5th X-2Y = 0, 3X + 4Y = 20 ਦੀਆਂ ਰੇਖਾਵਾਂ ਹੋਣਗੀਆਂ, ਤਾਂ 5th ਕੁਐਸਚਨ ਦਾ ਆਂਸਰ ਹੈਗਾ ਕਾਟਵੀਆਂ। ਆਂਸਰ ਆਏਗਾ ਬੱਚੇ ਕਾਟਵੀਆਂ। ਅੱਗੇ ਸਮੀਕਰਨ X-Y = 4 ਅਤੇ X+Y = 14 ਦਾ ਹੱਲ ਹੋਵੇਗਾ, 9, 5, 5, -9, ਤਾਂ ਇਸਦਾ ਆਂਸਰ ਆਏਗਾ ਬੱਚੇ A option, ਇਹਦਾ ਹੱਲ ਹੋਵੇਗਾ। ਚਾਹੇ ਤੁਸੀਂ ਹੱਲ ਕਰਕੇ ਵੀ ਦੇਖ ਸਕਦੇ ਹੋ ਇਸਨੂੰ, ਠੀਕ ਹੈ। ਉਸ ਤੋਂ ਨੈਕਸਟ ਕੁਐਸਚਨ ਹੈਗਾ, ਸਮੀਕਰਨ X² + 7X + 10 = 0 ਦਾ ਮੂਲ ਹੈ, ਤਾਂ ਇਸਦਾ ਆਂਸਰ ਰਾਈਟ ਇਹੀ ਹੈ ਆਪਸ਼ਨ, ਕਿਉਂਕਿ ਇਸਦੇ ਮੂਲ ਇਹੀ ਹੁੰਦੇ ਨੇ, ਠੀਕ ਹੈ। ਤੁਸੀਂ ਚਾਹੇ ਇਸ ਨੂੰ ਸੋਲਵ ਕਰਕੇ ਕਹਿਣਾ ਚਾਹੁੰਦੇ ਤਾਂ ਮੈਂ ਤੁਹਾਨੂੰ ਬਾਅਦ ਵਿੱਚ ਇਹਨਾਂ ਸੋਲਿਊਸ਼ਨ ਵੀ ਦਿਖਾ ਦੂੰਗੀ ਕਿਵੇਂ ਸੋਲਵ ਹੁੰਦੇ ਨੇ। ਅੱਗੇ ਹੈਗਾ 8th ਹੈਗਾ, ਹੇਠ ਦਿੱਤੀਆਂ ਸਮੀਕਰਨਾਂ ਵਿੱਚੋਂ ਕਿਹੜੀ 2 ਘਾਤੀ ਸਮੀਕਰਨ ਹੈ, 2 ਘਾਤੀ ਦੇਖਣੀ ਹੈ ਹੁਣ ਆਪਾਂ, ਠੀਕ ਹੈ। ਇਹਦੇ ਵਿੱਚ ਵੀ ਤੁਹਾਨੂੰ ਜਿਹੜੀ ਸਕੇਅਰ ਹੈ ਕਿਸੇ ਦੀ ਨਹੀਂ ਦਿਖਦੀ, ਇਹਦੇ ਵਿੱਚ ਵੀ ਨਹੀਂ ਹੈਗੀ, ਇਹ 2 ਘਾਤੀ ਨਹੀਂ ਹੈਗੇ ਵੀ, ਅਤੇ 2 ਵੇਰੀਏਬਲਾਂ ਦੀ ਸਕੇਅਰ ਹੈ, ਤਾਂ ਇਹ 2 ਘਾਤੀ B option ਇਸਦਾ ਰਾਈਟ ਆਂਸਰ ਹੈ। ਦਿੱਤੀ ਗਈ ਸੰਖਿਆ ਵਿੱਚੋਂ ਕਿਹੜੀ ਕਿਸੇ ਘਟਨਾ ਦੀ ਸੰਭਾਵਨਾ ਨਹੀਂ ਹੋ ਸਕਦੀ, ਤਾਂ ਇਸਦਾ ਹੈਗਾ ਹੈ ਜਿਹੜਾ ਹਮੇਸ਼ਾ ਅੰਸ਼ ਔਰ ਹਰ ਹੁੰਦਾ ਹੈ, ਅੰਸ਼ ਜਿਹੜਾ ਹਰ ਹੁੰਦਾ ਹਮੇਸ਼ਾ ਵੱਡਾ ਹੁੰਦਾ ਹੈ ਅੰਸ਼ ਤੋਂ, ਠੀਕ ਹੈ। ਤਾਂ ਹੁਣ ਇਹਦੇ ਵਿੱਚ ਕਿਹੜਾ ਨਹੀਂ ਹੈਗੀ, ਤਾਂ ਉਹ ਇਹ ਸੰਭਾਵਨਾ ਨਹੀਂ ਹੋ ਸਕਦੀ, ਕਿਉਂਕਿ ਇਹਦੇ ਨਾਲ ਜਦੋਂ ਆਪਾਂ ਡਿਵਾਈਡ ਕਰਾਂਗੇ ਜਿਹੜੀ ਸੰਭਾਵਨਾ ਹੁੰਦੀ 0 ਔਰ 1 ਦੇ ਵਿਚਕਾਰ ਰਹਿੰਦੀ ਹੈ, ਜਦੋਂ ਜਿਸਦਾ ਹਰ ਛੋਟਾ ਹੋ ਜਾਂਦਾ ਹੈ ਉਸਦਾ ਆਂਸਰ ਕਦੀ ਵੀ 0 ਔਰ 1 ਦੇ ਵਿਚਕਾਰ ਨਹੀਂ ਆ ਸਕਦਾ, ਠੀਕ ਹੈ, ਤਾਂ ਇਸਦਾ ਰਾਈਟ ਆਂਸਰ ਹੈ। ਨੈਕਸਟ ਕੁਐਸਚਨ ਬੱਚੋ ਹੈਗਾ ਇਹ 10th, ਅਸੰਭਵ ਘਟਨਾ ਦੀ ਸੰਭਾਵਨਾ ਹੁੰਦੀ ਹੈ, ਤਾਂ 10th ਕੁਐਸਚਨ ਦਾ ਜਿਹੜਾ ਰਾਈਟ ਆਂਸਰ ਹੈਗਾ ਹੈ ਉਹ ਹੈਗਾ ਹੈ C option, ਤਾਂ C option ਰਾਈਟ ਆਂਸਰ। ਨੈਕਸਟ ਕੁਐਸਚਨ ਹੈਗਾ ਹੈ, ਜੇਕਰ ਕਿਸੇ ਅੰਕ ਦੀ ਗਣਿਤਿਕ ਲੜੀ ਦੇ ਪਹਿਲੇ N ਪਦਾਂ ਦਾ ਜੋੜਫਲ SN ਹੋਵੇ ਤਾਂ ਉਸਦਾ Nਵਾਂ ਪਦ ਹੋਵੇਗਾ, ਤਾਂ ਇਸਦਾ ਰਾਈਟ ਆਂਸਰ ਹੈਗਾ option B, ਤਾਂ option B ਰਾਈਟ ਆਂਸਰ ਹੈਗਾ। ਹੁਣ ਨੈਕਸਟ ਕੁਐਸਚਨ ਦੇਖਦੇ ਹੋ ਬੱਚੋ ਆਪਾਂ 12th, ਤਾਂ ਇਸਦਾ ਹੈਗਾ AP 2, 7, 12 ਦਾ ਸਾਂਝਾ ਅੰਤਰ ਹੋਵੇਗਾ, ਤਾਂ ਇਸਦਾ ਸਾਂਝਾ ਅੰਤਰ ਕਿੰਨਾ ਹੋਵੇਗਾ, ਦੇਖ ਲਓ 2 ਚੋਂ 7 ਗਏ 5, 7 ਚੋਂ 12 ਗਏ 5, ਤਾਂ ਇਸਦਾ ਸਾਂਝਾ ਅੰਤਰ ਹੈਗਾ ਹੈ 5।
ਉਹ ਵੀ ਪਲੱਸ ਦੇ ਵਿੱਚ। ਅੱਗੇ ਨੈਕਸਟ ਹੈਗਾ ਹੇਠ ਲਿਖਿਆ ਵਿੱਚੋਂ ਕਿਹੜੀ ਸਮਰੂਪਤਾ ਦੀ ਕਸੌਟੀ ਨਹੀਂ ਹੈ, ਤਾਂ ਕਿਹੜੀ ਨਹੀਂ ਹੈਗੀ, ਡੀ ਆਪਸ਼ਨ ਆਰ ਐਚ ਐਸ। ਨੈਕਸਟ ਕੁਸ਼ਚਨ ਬੱਚਿਓ ਹੈਗਾ ਹੈ ਦਿੱਤੇ ਚਿੱਤਰ ਵਿੱਚ ਡੀ ਈ ਪੈਰਲਰ ਬੀ ਸੀ ਹੈ ਤਾਂ ਈ ਸੀ ਦਾ ਮੁੱਲ ਪਤਾ ਕਰੋ, ਤਾਂ ਈ ਸੀ ਦਾ ਮੁੱਲ ਕਿੰਨਾ ਹੋਵੇਗਾ, ਤਾਂ ਬੱਚੇ ਇਸਦਾ ਰਾਈਟ ਆਂਸਰ ਹੈਗਾ 2। ਠੀਕ ਹੈ, ਕਿਉਂਕਿ ਜਿਹੜਾ ਇਹ ਵਾਲਾ ਹੈਗਾ ਇਹਦੇ ਡਿਵਾਈਡ ਕਰ ਦਿਓ, ਇਹ ਵਾਲਾ ਇਹਦੇ ਡਿਵਾਈਡ ਕਰ ਦਿਓ, ਐਕਸ ਕਰ ਕਰੋਸ ਮਲਟੀਪਲਾਈ ਕਰ ਦੂੰਗੇ ਤਾਂ 2 ਆਏਗਾ। ਠੀਕ ਹੈ, ਜੇਕਰ ਕਿਸੇ ਵਰਗ ਦੇ ਅੰਤਰਾਲ ਦੀ ਉੱਪਰਲੀ ਸੀਮਾ ਯੂ ਹੋਇਆ ਤਾਂ ਹੇਠਲੀ ਸੀਮਾ ਐਲ ਹੋਵੇ ਤਾਂ ਵਰਗਾਂ ਦੇ ਚਿੰਨ੍ਹ ਕੀ ਹੋਣਗੇ, ਤਾਂ ਇਸ ਹੈਗਾ ਯੂ ਪਲੱਸ ਐਲ ਅਪੋਨ 2। ਅੱਗੇ ਜੇਕਰ ਪੀ ਈ ਇਜ ਇਕਲ ਟੂ 0.05 ਹੋਵੇ ਤਾਂ ਪੀ ਈ ਨਹੀਂ ਸੰਦੀ ਸੰਭਾਵਨਾ ਕੀ ਹੋਵੇਗੀ, ਤਾਂ ਇਸਦਾ ਰਾਈਟ ਆਂਸਰ ਹੈਗਾ ਆਪਸ਼ਨ ਡੀ 9.95। ਨੈਕਸਟ ਕੁਸ਼ਚਨ ਬੱਚੋ ਹੁਣ ਸਹੀ ਗਲਤ ਆ ਜਾਂਦੇ, ਸਹੀ ਗਲਤ ਮੈਂ ਤੁਹਾਨੂੰ ਸਿੱਧੇ ਦੱਸ ਦਿੰਦੀ ਹਾਂ। ਰੂਟ 3 ਇੱਕ ਪ੍ਰਮੇਹ ਸੰਖਿਆ ਹੈ ਤਾਂ ਇਸਦਾ ਆਂਸਰ ਹੈਗਾ ਸਹੀ। ਤਾਂ ਬੱਚੋ ਬਸ ਇੱਕ ਰਿਕੁਐਸਟ ਹੈਗੀ ਹੈ ਤੁਹਾਡੇ ਅੱਗੇ, ਮੈਂ ਤੁਹਾਡੇ ਲਈ ਇੱਦਾਂ ਹੀ ਹਰੇਕ ਪੇਪਰ ਦੀ ਵੀਡੀਓ ਲੈ ਕੇ ਆਉਂਦੀ ਹੈ ਵਿਦ ਸਲਿਊਸ਼ਨ, ਪਰ ਤੁਸੀਂ ਉਸਦਾ ਮੈਨੂੰ ਕੋਈ ਵੀ ਮਤਲਬ ਤੁਸੀਂ ਮੈਨੂੰ ਦਿਖਾਉਂਦੇ ਨਹੀਂ ਐਪਰੀਸ਼ੀਏਸ਼ਨ ਦਿੰਦੇ, ਪਲੀਜ਼ ਕਮੈਂਟ ਕਰਿਆ ਕਰੋ, ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਹੈ। ਮੈਂ ਤੁਹਾਡੇ ਲਈ ਜੇਕਰ ਮਿਹਨਤ ਕਰਦੀ ਹੈ ਤਾਂ ਤੁਹਾਡੇ ਸਿਰਫ ਕਮੈਂਟ ਹੀ ਕਹਿੰਦੀ ਹਾਂ, ਉਹ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਦਿਆ ਕਰੋ। ਅਤੇ ਜੇਕਰ ਕਿਸੇ ਬੱਚੇ ਨੂੰ ਹੋਰ ਵੀ ਅੱਗੇ ਜ਼ਰੂਰਤ ਹੁੰਦੀ ਹੈ, ਠੀਕ ਹੈ, ਮੈਥ ਦੀ ਅੱਗੇ ਆਪਣੇ ਗਰੁੱਪ ਦੇ ਵਿੱਚ ਜ਼ਰੂਰ ਸ਼ੇਅਰ ਕਰਿਆ ਕਰੋ ਵੀਡੀਓ, ਤਾਂ ਜੋ ਹੋਰ ਬੱਚੇ ਵੀ ਆ ਮੈਥ ਦਾ, ਜਿਹੜਾ ਮੈਂ ਆਪਣੇ ਚੈਨਲ ਦੇ ਉੱਤੇ ਮੈਥ ਦੇ ਹਰ ਕਲਾਸ ਦਾ ਪੇਪਰ ਦਾ ਫੁੱਲ ਸਲਿਊਸ਼ਨ ਲੈ ਕੇ ਆਉਂਦੀ ਹੈ। ਠੀਕ ਹੈ, ਹੋਰ ਸਬਜੈਕਟ ਦਾ ਨਹੀਂ ਮੈਂ ਇੰਨਾ ਕਹਿ ਸਕਦੀ, ਪਰ ਮੈਥ ਦਾ ਨਹੀਂ ਛੱਡਦੀ ਹੈਗੀ, ਕਿਉਂਕਿ ਮੈਥ ਦਾ ਜਿਹੜਾ ਕਿ ਮੈਨੂੰ ਲੱਗਦਾ ਹੈ ਕਿ ਬੱਚੇ ਵੀਡੀਓ ਦੇ ਨਾਲ ਬਹੁਤ ਚੰਗੇ ਤਰੀਕੇ ਦੇ ਨਾਲ ਸਮਝ ਲੈਂਦੇ ਨੇ, ਤਾਂ ਈਜ਼ੀ ਮੈਥਡ ਲੱਗਦੇ ਨੇ। ਤਾਂ ਅੱਗੇ ਹੈਗਾ ਨੈਕਸਟ, ਕਿਸੇ 3 ਘਾਤੀ ਬਹੁਪਦ ਦੇ ਵੱਧ ਤੋਂ ਵੱਧ 3 ਫਿਰ ਹੋ ਸਕਦੇ ਨੇ, ਤਾਂ ਇਸਦਾ ਵੀ ਰਾਈਟ ਆਂਸਰ ਹੈਗਾ ਸਹੀ। ਨੈਕਸਟ ਹੈਗਾ ਜੇਕਰ ਕਿਸੇ ਸਮੀਕਰਨ ਪ੍ਰਣਾਲੀ ਇਹ ਹੈਗੀ ਹੈ ਜੋ ਇਸਦੇ ਵਿਲੱਖਣ ਹੱਲ ਹੁੰਦੇ ਨੇ, ਤਾਂ ਇਸਦੇ ਜਿਹੜੇ ਜਦੋਂ ਮੈਂ ਇਹਨੂੰ ਸੋਲਵ ਕੀਤਾ ਸੀ ਤਾਂ ਇਹਦੇ ਵਿਲੱਖਣ ਹੱਲ ਨਹੀਂ ਹੁੰਦੇ, ਕਿਉਂਕਿ ਇਹ ਇਹਦੇ ਬਰਾਬਰ ਹੁੰਦਾ ਜਦੋਂ ਤੀਸਰਾ ਨਹੀਂ ਆਉਂਦਾ ਹੈਗਾ, ਅਤੇ ਆਂਸਰ ਹੈਗਾ ਇਹ ਵਿਲੱਖਣ ਹੱਲ ਹੁੰਦੇ ਨੇ, ਤਾਂ ਇਸਦਾ ਆਂਸਰ ਇਹ ਗਲਤ ਹੈ, ਇਹਨਾਂ ਨੇ ਕਿਹਾ ਹੁੰਦਾ ਹੈ। ਨੈਕਸਟ ਕੁਸ਼ਚਨ ਹੈਗਾ ਕਿਸੇ 2 ਘਾਤੀ ਸਮੀਕਰਨ ਦੇ ਡਿਸਕ੍ਰੀਮੀਨੇਟ ਦਾ ਮੁੱਲ B-27 ਸਹੀ ਹੈ, ਹਮੇਸ਼ਾ ਡਿਸਕ੍ਰੀਮੀਨੇਟ ਇਹ ਮੈਥਡ ਦੇ ਨਾਲ ਹੀ ਹੁੰਦਾ। ਅੱਗੇ ਹੈਗਾ ਅਣਗਿਣਤ ਲੜੀ -10 -6 -2.2 ਦਾ ਡੈਸ਼ ਸਾਂਝਾ ਅੰਤਰ -4 ਹੈ, ਤਾਂ ਇਸਦਾ ਆਂਸਰ ਹੈਗਾ ਗਲਤ। ਅੱਗੇ ਸਾਰੇ ਵਰਗ ਸਮਰੂਪ ਹੁੰਦੇ ਨੇ, ਤਾਂ ਇਸਦਾ ਆਂਸਰ ਹੈਗਾ ਸਹੀ। ਅੱਗੇ ਨੈਕਸਟ ਕੁਸ਼ਚਨ ਹੈਗਾ ਕਿਸੇ ਪ੍ਰਯੋਗ ਦੀਆਂ ਸਾਰੀਆਂ ਆਰੰਭਿਕ ਘਟਨਾਵਾਂ ਦਾ ਜੋੜ 1 ਤੋਂ ਘੱਟ ਹੁੰਦਾ, ਤਾਂ ਇਸਦਾ ਆਂਸਰ ਹੈਗਾ ਹੈ ਗਲਤ। ਹੁਣ ਨੈਕਸਟ ਕੁਸ਼ਚਨ ਹੈਗਾ ਜੇਕਰ 6K ਸਮੀਕਰਨ 3-y = 22 ਦਾ ਹੱਲ ਹੋਵੇਗਾ ਤਾਂ ਕੇ ਦਾ ਮੁੱਲ ਹੋਵੇਗਾ, ਤਾਂ ਇਸਦਾ ਬੱਚੋ ਆਂਸਰ ਹੈਗਾ -4। ਅੱਗੇ ਇਹ 1 ਡੈਸ਼ ਹੈ ਤਾਂ ਇਹ ਕਿਹੜੀ ਅਪਰਿਮੇਹ ਆ। ਠੀਕ ਹੈ, ਉਸ ਤੋਂ ਹੈਗਾ ਕਿਸੇ ਯਕੀਨੀ ਘਟਨਾ ਦੀ ਸੰਭਾਵਨਾ ਡੈਸ਼ ਹੁੰਦੀ ਹੈ, ਇਹਦਾ ਬੱਚੇ ਕੁਸ਼ਚਨ ਦਾ ਕਮੈਂਟ ਕਰਕੇ ਦੱਸੋ, ਮੈਂ ਦੇਖਣਾ ਚਾਹੁੰਦੀ ਕਿਹੜੇ ਬੱਚਿਆਂ ਨੂੰ ਇਹ ਕੁਸ਼ਚਨ ਦਾ ਆਂਸਰ ਆਉਂਦਾ ਹੈ। ਜੇਕਰ ਕਿਸੇ 2 ਘਾਤੀ ਬਹੁਪਦ ਦੀਆਂ ਸਿਫਰਾਂ ਏ ਐਲਫਾ ਅਤੇ ਬੀਟਾ ਹੋਣ ਤਾਂ ਐਲਫਾ ਬੀਟਾ ਦਾ ਡੈਸ਼ ਹੁੰਦਾ, ਤਾਂ ਇਸਦਾ ਹੈਗਾ -BA। ਨੈਕਸਟ ਹੈਗਾ ਕਿ ਸਰ ਜੇਕਰ AP ਦੇ ਪਦ 10 ਅਤੇ ਸਾਂਝਾ ਅੰਤਰ 10 ਹੋਵੇ ਤਾਂ ਉਸਦਾ ਤੀਜਾ ਪਦ ਕਿਹੜਾ ਹੁੰਦਾ, ਤਾਂ ਇਸਦਾ ਆਏਗਾ ਆਂਸਰ 30। ਡੈਕ ਸਾਰੇ ਚੱਕਰ ਕੀ ਹੁੰਦੇ ਨੇ ਬੱਚੇ, ਤਾਂ ਸਿੰਪਲ ਹੈਗਾ ਸਮਰੂਪ ਹੁੰਦੇ ਨੇ। ਦਿੱਤੇ ਗਏ ਅੰਕੜਿਆਂ ਦਾ ਬਹੁਲਕ ਡੈਸ਼ ਹੋਵੇ, ਬਹੁਲਕ ਮਤਲਬ ਮੋੜ ਜਿਹੜਾ ਸਭ ਤੋਂ ਜ਼ਿਆਦਾ ਵਾਰ ਆ ਰਿਹਾ, ਕੌਣ ਆ ਰਿਹਾ 2, ਤਾਂ ਇਸਦਾ ਆਂਸਰ ਹੋ ਗਿਆ 2। ਨੈਕਸਟ ਹੈਗਾ ਹੁਣ ਬੱਚੋ ਭਾਗ ਐੜਾ 2 ਅੰਕ ਵਾਲੇ ਇੰਪੋਰਟੈਂਟ ਨੇ, ਧਿਆਨ ਨਾਲ ਸਮਝਿਓ, ਹਰ ਇੱਕ ਕੁਸ਼ਚਨ ਦਾ ਸਲਿਊਸ਼ਨ ਤੁਹਾਨੂੰ ਇਸ ਵੀਡੀਓ ਵਿੱਚ ਦਿੱਤਾ ਜਾਏਗਾ, ਤਾਂ ਜੋ ਤੁਸੀਂ ਆਪਣੇ ਮੈਥ ਦੇ ਪੇਪਰ ਵਿੱਚ ਵਧੀਆ ਮਾਰਕਸ ਸਕੋਰ ਕਰ ਸਕੋ, ਤਾਂ ਤੁਸੀਂ ਧਿਆਨ ਨਾਲ ਦੇਖਣਾ, ਤਾਂ ਤੁਸੀਂ ਦੇਖ ਸਕਦੇ ਹੋ ਇਹਦਾ ਫੋਰਮੂਲਾ ਹੋਏਗਾ HCF × LCM। ਠੀਕ ਹੈ, HCF ਸਾਨੂੰ ਗਿਵਨ ਹੈਗਾ 9, ਤਾਂ ਮੈਂ ਇੱਥੇ ਲਿਖੇਗੀ 9 ਮਲਟੀਪਲੇ, ਇਹਦਾ ਇਕੁਅਲ ਕੀ ਆਏਗਾ, ਆਹੀ 306 ਵਾਲਾ ਸਾਰਾ ਆਏਗਾ, ਤਾਂ 9 × LCM
ਇਜ਼ ਇਕਲ ਟੂ 306 ਗੁਣਾ 657। ਠੀਕ ਹੈ, ਹੁਣ ਦੇਖੋ ਐਲ ਸੀ ਐਮ ਮੈਂ ਬਾਹਰ ਕੱਢ ਲਿਆ, ਇਜ਼ ਇਕਲ ਟੂ 360 ਗੁਣਾ 657 ਵਟਾ 9, ਅਤੇ ਕਟਿੰਗ ਕਰਕੇ ਕਿੰਨਾ ਆ ਗਿਆ 73। ਜੇ 73 ਨੂੰ ਉਹਦੇ ਨਾਲ ਆਪਾਂ ਮਲਟੀਪਲਾਈ ਕਰਾਂਗੇ ਤਾਂ 73 ਨੂੰ ਉਹਦੇ ਨਾਲ ਮਲਟੀਪਲਾਈ ਕਰਕੇ ਕੀ ਆਉਂਦਾ ਹੈ, 2 6 2 8 0। ਚਾਹੇ ਤੁਸੀਂ ਖੁਦ ਮਲਟੀਪਲਾਈ ਕਰਕੇ ਦੇਖ ਲਓ, ਇਹਦਾ ਆਂਸਰ ਹੋਏਗਾ। ਨੈਕਸਟ ਕੁਸ਼ਚਨ ਫਿਫਥ ਹੈਗਾ, ਦੋ ਘਾਤੀ ਬਹੁਪਦ ਐਕਸ ਸਕੇਅਰ ਪਲੱਸ 7x ਪਲੱਸ 10 ਦੀਆਂ ਸਿਫਰਾਂ ਪਤਾ ਕਰੋ। ਤਾਂ ਇਸਦਾ ਆਂਸਰ ਬੱਚੋ ਕਿੱਦਾਂ ਆਏਗਾ, ਮੈਂ ਤੁਹਾਨੂੰ ਸੋਲਵ ਕਰ ਰਹੀ ਹਾਂ। ਠੀਕ ਹੈ, ਤਾਂ ਧਿਆਨ ਨਾਲ ਦੇਖੋ, ਐਕਸ ਸਕੇਅਰ ਪਲੱਸ 5x, ਦੋ ਅਜਿਹੀਆਂ ਸੰਖਿਆਵਾਂ ਜਿਨ੍ਹਾਂ ਨੂੰ ਜੋੜ ਕਰੇ ਅਤੇ 7 ਆਵੇ, ਗੁਣਾ ਕਰੇ ਅਤੇ 10, ਤਾਂ 5 ਦੂਣੀ 10, ਤਾਂ 5x 2x ਜਿਹੜੇ ਇਹਨਾਂ ਦਾ ਡਿਸਕ੍ਰੀਮੀਨੇਸ਼ਨ ਹੋ ਗਿਆ 10। ਤਾਂ ਹੁਣ ਆਪਾਂ ਇਹਨੂੰ ਲਿਖਿਆ, ਪਹਿਲਾਂ ਐਕਸ ਨੂੰ ਕਿਹਦੇ ਨਾਲ ਗੁਣਾ ਕਰੀਏ, ਐਕਸ ਸਕੇਅਰ ਹੋਵੇ, ਐਕਸ ਨੂੰ ਐਕਸ ਨਾਲ, ਐਕਸ ਨੂੰ ਕਿਹਦੇ ਨਾਲ ਕਰੀਏ 5, ਤਾਂ ਪਲੱਸ 5। ਠੀਕ ਹੈ, ਆਹ ਸੇਮ ਬ੍ਰੈਕਟ ਇੱਧਰ ਲਿਖ ਦੇਣੀ, ਐਕਸ ਪਲੱਸ 5। ਤਾਂ ਹੁਣ ਕਿਹਨੂੰ ਕਿਹਦੇ ਨਾਲ ਕਰੀਏ, 2x ਹੋਵੇ 2, 2 ਨੂੰ 5 ਨਾਲ ਕਰਿਆ, 5 ਦੂਣੀ 10, ਤੁਹਾਡੇ ਸਾਹਮਣੇ ਹੈ। ਹੁਣ ਬ੍ਰੈਕਟਾਂ ਦੇ ਅੰਦਰ ਵਾਲੇ ਅਤੇ ਬ੍ਰੈਕਟਾਂ ਦੇ ਬਾਹਰ ਵਾਲੇ, ਬ੍ਰੈਕਟਾਂ ਦੇ ਬਾਹਰ ਕੌਣ ਆ, ਇਹ ਆ, ਅਤੇ ਬ੍ਰੈਕਟਾਂ ਦੇ ਅੰਦਰ ਦੋਨੋਂ ਸੇਮ ਆ, ਮੈਂ ਇੱਕ ਬ੍ਰੈਕਟ ਲਿਖੂੰਗੀ, ਅਤੇ ਇਹ ਇਹਦਾ ਰਾਈਟ ਆਂਸਰ ਹੈ। ਹੁਣ ਸਿਫਰਾਂ ਦਾ ਜੋੜ ਕੀ ਆ, ਵਾ ਸਿਫਰ ਪਤਾ ਕਰਨੇ ਨੂੰ ਕਿਹਾ, ਵਾ ਮੈਂ ਸਿਫਰ ਕਿੱਦਾਂ ਕੱਢੀ ਦਾ ਹੁੰਦਾ, ਸਿਫਰ ਹਮੇਸ਼ਾ ਕੱਢਣ ਦੇ ਲਈ ਇਜ਼ੀਕਲ ਟੂ 0 ਕਰ ਦਿਓ। ਤਾਂ ਐਕਸ ਪਲੱਸ 2 ਇਜ਼ੀਕਲ ਟੂ 0, ਤਾਂ ਐਕਸ ਉੱਧਰ ਜਾ ਕੇ 2 ਕਾਹਦਾ ਹੋ ਗਿਆ, ਮਾਈਨਸ ਦਾ, ਇੱਦਾਂ ਹੀ ਇੱਧਰਲੇ ਨਾਲ ਕਰਨਾ, ਐਕਸ ਪਲੱਸ 5 ਇਜ਼ੀਕਲ ਟੂ 0, ਤਾਂ ਐਕਸ ਉੱਧਰ ਉੱਧਰ ਜਾ ਕੇ ਕਾਹਦਾ ਹੋ ਗਿਆ ਬੱਚਿਓ, ਮਾਈਨਸ ਦਾ, ਇਹ ਆਂਸਰ ਹੈ। ਠੀਕ ਹੈ, ਸਮਝ ਲੱਗਿਆ ਨਾ ਤੁਹਾਨੂੰ ਕਿੱਦਾਂ ਕੱਢਿਆ। ਹੁਣ ਨੈਕਸਟ ਹੈਗਾ, 52 ਪੱਤਿਆਂ ਦੀ ਚੰਗੀ ਤਰ੍ਹਾਂ ਫੈਂਟੀ ਗਈ ਤਾਸ਼ ਦੀ ਗੁੱਡੀ ਵਿੱਚੋਂ ਇੱਕ ਪੱਤਾ ਬਾਹਰ ਕੱਢਿਆ ਜਾਂਦਾ ਹੈ, ਤਾਂ ਸੰਭਾਵਨਾ ਕੀ ਹੈ ਕਿ ਬਾਹਰ ਕੱਢਿਆ ਪੱਤਾ ਲਾਲ ਰੰਗ ਦਾ ਹੋਵੇਗਾ ਅਤੇ ਹੁਕਮ ਦਾ ਹੋਵੇਗਾ। ਤਾਂ ਬੱਚੋ, ਤੁਹਾਨੂੰ ਪਤਾ 52 ਟੋਟਲ ਪੱਤੇ ਹੁੰਦੇ ਨੇ, ਤਾਂ ਜਿਹੜਾ ਫੋਰਮੂਲਾ ਲੱਗੂਗਾ, ਅਨੁਕੂਲ ਪਰਿਣਾਮਾਂ ਦੀ ਸੰਖਿਆ ਵਟਾ ਹੈਗੀ ਹੈ ਕੁੱਲ ਪਰਿਣਾਮਾਂ ਦੀ ਸੰਖਿਆ। ਠੀਕ ਹੈ, ਤਾਂ ਹੈਗਾ ਪੀ ਆਰ ਹੈਗਾ ਇਜ਼ੀਕਲ ਟੂ 26/52, ਕਿਉਂਕਿ 26 ਲਾਲ ਰੰਗ ਦੇ ਹੁੰਦੇ, ਕਟਿੰਗ ਕਰਕੇ 1/2 ਆ ਗਿਆ। ਅੱਗੇ ਹੁਕਮ ਦਾ ਇੱਕ ਪੁੱਛਿਆ ਉਹਨਾਂ ਨੇ, ਹੁਕਮ ਦਾ ਪੱਤਾ, ਤਾਂ ਹੁਕਮ ਦੇ ਕਿੰਨੇ ਹੁੰਦੇ ਨੇ, 13/52, ਕਟਿੰਗ ਕਰਕੇ 1/4। ਠੀਕ ਹੈ, ਜੇਕਰ ਬੱਚੇ ਨੂੰ ਪੱਤਿਆਂ ਦਾ ਨਹੀਂ ਪਤਾ ਤਾਂ ਪੱਤੇ ਇੱਕ ਵਾਰੀ ਧਿਆਨ ਨਾਲ ਦੇਖ ਲੈਣ। ਠੀਕ ਹੈ, ਅੱਗੇ ਨੈਕਸਟ ਹੈਗਾ 7th ਕੁਸ਼ਚਨ ਆ ਜਾਂਦਾ, ਇੱਕ ਪਾਸਾ ਜਿਹੜਾ ਕਿ ਇੱਕ ਵਾਰ ਸੁੱਟਿਆ ਜਾਂਦਾ ਹੈ, ਤਾਂ ਉਸ ਦੇ ਵਿੱਚ ਹੇਠ ਲਿਖੀ ਗਈ ਪ੍ਰਾਪਤ ਸੰਭਾਵਨਾ ਪਤਾ ਕਰੋ, ਇੱਕ ਆਭਾਸ ਸੰਖਿਆ ਅਤੇ ਇੱਕ ਟਾਂਕ ਸੰਖਿਆ। ਤਾਂ ਇਹਦੇ ਵੀ ਉਹੀ ਅਨੁਕੂਲ ਪਰਿਣਾਮਾਂ ਵਾਲਾ, ਇੱਕ ਆਭਾਸ ਸੰਖਿਆ ਕਿੰਨੀ ਆਏਗੀ, 3/6, ਜਿਹੜਾ ਪਾਸਾ ਹੁੰਦਾ ਉਹ 'ਚ 6 ਨੰਬਰ ਹੁੰਦੇ ਨੇ, 3 ਭਾਜ ਆ, ਇੱਕ ਇਹਦਾ ਕਟਿੰਗ ਕਰਕੇ 2। ਟਾਂਕ ਸੰਖਿਆ ਵੀ 3 ਹੁੰਦੀਆਂ ਨੇ, ਆਭਾਜ ਆਪਣੇ ਟੇਬਲ 'ਤੇ ਆਉਂਦੀਆਂ ਨੇ, ਉਹਦੇ 'ਚ ਟਾਂਕ ਵੀ 3 ਹੀ ਨੇ, ਤਾਂ ਇਹ ਵੀ ਕਟਿੰਗ ਕਰਕੇ 1/2 ਆਂਸਰ ਆਏਗਾ। ਨੈਕਸਟ ਹੁਣ ਭਾਗ ਈੜੀ ਆ ਜਾਂਦੀ, 4 ਮਾਰਕਸ ਵਾਲੇ ਆਂਸਰ ਕੁਸ਼ਚਨ ਸਟਾਰਟ ਹੋ ਗਏ ਨੇ। ਇਹਦਾ ਸਭ ਤੋਂ ਪਹਿਲਾ ਕੁਸ਼ਚਨ ਹੈਗਾ, ਗੁਣਨਖੰਡ ਵਿਧੀ ਰਾਹੀਂ ਇਹਨੂੰ ਹੱਲ ਕਰੋ। ਬੱਚੋ, ਗੁਣਨਖੰਡ ਵਿਧੀ ਆਵੇ, ਡਿਸਕ੍ਰੀਮੀਨੇਟ ਆਵੇ, ਜਿਹੜਾ ਮੈਂ ਮੈਥਡ ਤੁਹਾਨੂੰ ਪਿਛਲੇ ਕੁਸ਼ਚਨ 'ਚ ਸਮਝਾਇਆ ਨਾ ਸਿਫਰਾਂ ਵਾਲਾ, ਉੱਦਾਂ ਹੀ ਕਰਨਾ ਹੈ। 2x ਦੀ ਸਕੇਅਰ ਹੈਗੀ ਆ 5x ਹੈ, ਪਲੱਸ ਕਿੰਨਾ ਹੈ 3, ਅਜਿਹੀ ਇਹਨੂੰ ਕਰੀਏ ਕਿੰਨਾ ਆਇਆ 6। ਹੁਣ ਅਜਿਹੀ ਦੋ ਸੰਖਿਆਵਾਂ ਦੱਸੋ ਜਿਹਨਾਂ ਨੂੰ ਗੁਣਾ ਕਰੇ ਤਾਂ 6 ਆਵੇ, ਪਰ ਪਲੱਸ ਮਾਈਨਸ ਕਰੇ ਤਾਂ 5 ਆਵੇ, ਤਾਂ ਕਿਹੜੀਆਂ ਦੋ ਆ? ਦੇਖੋ, 2 3 6, ਔਰ 2 ਔਰ 3 ਕਿੰਨੇ ਹੁੰਦੇ ਨੇ 5। ਤਾਂ ਮੈਂ ਦੇਖੋ 2x ਦੀ ਸਕੇਅਰ ਲਿਖਿਆ, ਮਾਈਨਸ, ਹੁਣ ਇੱਥੇ ਪਲੱਸ ਹੈ ਨਾ ਤਾਂ ਮਾਈਨਸ ਮਾਈਨਸ ਲੱਗਣਗੇ, ਮਾਈਨਸ ਮਾਈਨਸ ਪਲੱਸ ਹੋ ਜਾਂਦੇ ਨਾ, 3x ਦੇਖੋ, ਮਾਈਨਸ ਮਾਈਨਸ ਪਲੱਸ, ਨਿਸ਼ਾਨ ਪਲੱਸ ਦਾ। ਠੀਕ ਹੈ, ਇੱਥੇ ਪਲੱਸ 3, ਹੁਣ ਕਿਹਨੂੰ ਕਿਹਦੇ ਨਾਲ ਗੁਣਾ ਕਰੀਏ, 2x ਦੀ ਸਕੇਅਰ ਬਣ ਜੇ, 2x ਨੂੰ ਐਕਸ ਨਾਲ, ਠੀਕ ਹੈ, ਕਰਿਆ 2x, 2x ਨੂੰ ਕਿਹਦੇ ਨਾਲ ਗੁਣਾ ਕਰਿਆ, 2x ਬਣ ਜਾਵੇ 1 ਨਾਲ। ਇਹ ਸੇਮ ਬ੍ਰੈਕਟ ਉੱਧਰ ਲਿਖਣੀ ਆ, ਇਹ ਸੇਮ ਬ੍ਰੈਕਟ ਮੈਂ ਇੱਧਰ ਲਿਖ ਲਈ, ਠੀਕ ਹੈ, ਸੇਮ ਡਿਟੋ ਹੋ ਗਈਆਂ। ਹੁਣ ਕਿਹਨੂੰ ਕਿਹਦੇ ਨਾਲ ਗੁਣਾ ਕਰਾਂ, 3x ਬਣ ਜਾਵੇ 3 ਨਾਲ,
3 ਨੂੰ x ਨਾਲ ਕਰਿਆ 3x, 3 ਨੂੰ 1 ਨਾਲ ਕਰਿਆ ਇਹ, ਪਰ ਇੱਥੇ ਨਿਸ਼ਾਨ ਕਾਹਦਾ ਆਏਗਾ ਮਾਈਨਸ ਦਾ, ਕਿਉਂਕਿ ਦੇਖੋ ਇਹ ਪਲੱਸ ਦਾ ਇਹ ਮਾਈਨਸ ਦਾ, ਮਾਈਨਸ ਮਾਈਨਸ ਉੱਪਰ ਪਲੱਸ ਹੋਣਗੇ। ਹੁਣ ਜਿੱਦਾਂ ਮੈਂ ਤੁਹਾਨੂੰ ਕਿਹਾ ਬ੍ਰੈਕਟਾਂ ਦੇ ਬਾਹਰ ਵਾਲੇ, ਬ੍ਰੈਕਟਾਂ ਦੇ ਅੰਦਰ ਵਾਲੇ, ਤਾਂ 2x ਮਾਈਨਸ 3 ਇਹ ਬ੍ਰੈਕਟ ਦੇ ਬਾਹਰ ਵਾਲੇ ਆ, ਆਹ ਦੇਖੋ ਆ ਦੋਨੋਂ ਬ੍ਰੈਕਟਾਂ ਦੇ ਦੋਨੋਂ ਸੇਮ ਹੈ, ਇੱਕ ਬ੍ਰੈਕਟ ਲੈ ਲਈ, ਠੀਕ ਹੈ ਇੱਕ ਆ ਗਿਆ। ਠੀਕ ਹੈ, ਹੁਣ ਮੈਂ ਜਿੱਦਾਂ ਸਿਫਰਾਂ ਵਾਲਾ ਆਪਾਂ ਉੱਪਰ ਕੀਤਾ ਸੀ ਉੱਦਾਂ ਹੀ ਇੱਥੇ ਕਰਾਂਗੇ, ਤਾਂ 2x ਨੂੰ ਆਪਾਂ ਕਿਹਦੇ ਇਕੁਅਲ ਕਰਾਂਗੇ 0 ਦੇ, ਤਾਂ ਦੇਖੋ 2x ਇਜ਼ ਇਕੁਅਲ ਟੂ ਕਿੰਨਾ ਆ ਜਾਏਗਾ 3 ਆ ਗਿਆ। ਐਕਸ ਬਾਹਰ ਕੱਢਿਆ 3/2 ਆਂਸਰ ਆ ਗਿਆ। ਇਸ ਤਰੀਕੇ ਨਾਲ ਦੂਜਾ ਇੱਧਰ ਵਿੱਚ ਮੈਂ ਲਾਈਨ ਲਗਾਉਂਗੀ, ਦੇਖੋ ਐਕਸ ਮਾਈਨਸ 1 ਇਜ਼ ਇਕੁਅਲ ਟੂ 0, ਐਕਸ ਉੱਧਰ ਜਾ ਕੇ 1 ਕਾਹਦਾ ਹੋ ਗਿਆ ਪਲੱਸ ਦਾ, ਦੇਖੋ ਇਹ ਵੀ ਐਕਸ ਆ ਗਿਆ, ਇਹ ਵੀ ਐਕਸ ਆ ਗਿਆ, ਤੁਹਾਡੇ ਸਾਹਮਣੇ ਆਂਸਰ ਪਿਆ। ਠੀਕ ਹੈ, ਕਲੀਅਰ ਹੈਗਾ, ਵੀਡੀਓ ਪੋਸਟ ਕਰੋ, ਧਿਆਨ ਨਾਲ ਦੇਖੋ, ਦੁਬਾਰਾ ਸੁਣੋ, ਠੀਕ ਹੈ। ਅਗਰ ਨਹੀਂ ਸਮਝ ਆ ਰਿਹਾ ਫਿਰ ਵੀ ਡਾਊਟ ਆਏਗਾ ਕਮੈਂਟ ਕਰ ਦਿਓ, ਮੈਂ ਦੁਬਾਰਾ ਪਾ ਦਿੰਦੀ ਹਾਂ, ਠੀਕ ਹੈ, ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਆਪਾਂ ਨੈਕਸਟ ਦੇਖਦੇ ਹਾਂ ਬੱਚੇ, ਹੁਣ ਦੋ ਸੰਖਿਆਵਾਂ ਪਤਾ ਕਰੋ ਜਿਨ੍ਹਾਂ ਦਾ ਜੋੜ 27 ਅਤੇ ਗੁਣਨਫਲ 182 ਹੋਵੇ। ਹੁਣ ਅਜਿਹੀਆਂ ਦੋ ਸੰਖਿਆਵਾਂ ਦੱਸਣ ਨੂੰ ਕਿਹਾ ਹੈ ਜਿਨ੍ਹਾਂ ਨੂੰ ਗੁਣਾ ਕਰੀਏ ਤਾਂ 182 ਆਵੇ, ਜੇ ਜੋੜੀਏ ਤਾਂ 27 ਆਵੇ। ਆਪਾਂ ਹੁਣ ਇੱਦਾਂ ਤੁੱਕੇ ਨਾਲ ਤਾਂ ਦੱਸਣੀਆਂ ਨਹੀਂ, ਮੈਂ ਇਹਨਾਂ ਨੂੰ ਕੱਢ ਕੇ ਦਿਖਾਉਂਦੀ ਹਾਂ ਕਿੱਦਾਂ। ਉਹ ਮੰਨ ਲਓ ਜਿਹੜੀ ਉਹ ਸੰਖਿਆ ਹੋਏਗੀ ਕਿਆ ਹੋਗੀ ਐਕਸ, ਅਤੇ ਦੂਜੀ ਕਿਆ ਹੋਏਗੀ 27 ਮਾਈਨਸ ਐਕਸ, ਕਿਉਂਕਿ ਉਹ ਦੋਨਾਂ ਦਾ ਜੋੜ ਆ ਨਾ, ਫਿਰ ਉਹਨੂੰ ਉਹਦੇ 'ਚ ਘਟਾਓਗੇ ਤਾਂ ਉਹ ਇੱਕ ਸੰਖਿਆ ਨਿਕਲ ਜਾਏਗੀ। ਠੀਕ ਹੈ, ਫਿਰ ਮੈਂ ਇੱਕ ਸੰਖਿਆ ਨੂੰ ਗੁਣਾ ਕਰਨ 'ਤੇ, ਠੀਕ ਹੈ, ਤਾਂ ਇੱਦਾਂ ਲਿਖ ਲਿਆ ਦੋਨਾਂ ਨੂੰ ਜੋੜੇ 'ਤੇ ਔਰ ਗੁਣਾ ਕਰੇ 'ਤੇ ਕਿੰਨਾ ਆਏਗਾ 182। ਹੁਣ ਆਪਾਂ ਐਕਸ ਨੂੰ 27 ਨਾਲ, 27 ਐਕਸ ਹੋ ਗਿਆ, ਇਹਨੂੰ ਐਕਸ ਨੂੰ ਐਕਸ ਨਾਲ, ਐਕਸ ਦੀ ਸਕੇਅਰ ਹੋ ਗਿਆ ਇਜ਼ ਇਕੁਅਲ ਟੂ 182। ਠੀਕ ਹੈ, ਹੁਣ ਇਹਨਾਂ ਦੋਨਾਂ ਨੂੰ ਕਿਆ ਕਰੀਏ ਆਪਾਂ, ਐਕਸ ਦੀ ਸਕੇਅਰ ਮੈਂ ਮੂਹਰੇ ਲਿਖ ਲਿਆ, ਕਿਉਂਕਿ 2 ਘਾਤੀ ਮੂਹਰੇ ਹੁੰਦੀ ਹੈ, ਫਿਰ ਵਿੱਚ 1 ਘਾਤੀ ਆਉਂਦਾ ਹੈ, ਫਿਰ ਬਰਾਬਰ 'ਚ ਕਿੰਨਾ ਆਉਂਦਾ ਹੈ 182, ਅਤੇ 182 ਨੂੰ ਮੈਂ ਇੱਧਰ ਲਿਆ, ਕਾਹਦਾ ਹੋ ਜਾਏਗਾ ਮਾਈਨਸ ਦਾ ਹੋ ਜਾਏਗਾ। ਠੀਕ ਹੈ, ਮਾਈਨਸ ਦਾ ਹੋ ਗਿਆ, ਮੈਂ ਇੱਥੇ ਲਿਖ ਲਿਆ 182। ਹੁਣ ਜਦੋਂ ਇਹ ਵਾਲੀ ਇਕੁਏਸ਼ਨ ਬਣ ਗਈ, ਤੁਹਾਨੂੰ ਦੇਖ ਕੇ ਪਹਿਲੇ ਵਾਲਾ ਕੁਐਸਚਨ ਯਾਦ ਆ ਜਾਏਗਾ ਕਿ ਗੁਣਾ ਕਰੀਏ 182 ਆਵੇ, ਪਲੱਸ ਕਰੀਏ 27 ਆਵੇ, ਦੋ ਸੰਖਿਆਵਾਂ ਸੋਚਣੀਆਂ ਨੇ। ਠੀਕ ਹੈ, ਹੁਣ ਉਸ ਤਰੀਕੇ ਜਿਹੜੇ ਆਪਾਂ ਸਾਰੇ ਉੱਪਰ ਕੁਐਸਚਨ ਕਰਦੇ ਆ ਰਹੇ ਨਾ, ਸਾਰੇ ਸੇਮ ਆ ਉਹਨਾਂ ਨਾਲ ਦੇ। ਠੀਕ ਹੈ, ਹੁਣ ਦੇਖੋ ਐਕਸ ਸਕੇਅਰ ਲਿਖ ਲਿਆ, ਹੁਣ 27x ਲਿਖ ਲਿਆ ਅਤੇ 182 ਲਿਖ ਲਿਆ ਮਾਈਨਸ ਦਾ। ਠੀਕ ਹੈ, ਕਿਹੜਾ ਹੈ, ਦੇਖੋ ਐਕਸ ਦੀ ਸਕੇਅਰ 14 ਅਤੇ 13, 14 13 182 ਹੁੰਦਾ, 14 ਔਰ 13 ਕਿੰਨੇ ਹੁੰਦੇ ਨੇ 27, ਤਾਂ ਇੱਥੇ ਮੈਂ ਮਾਈਨਸ 'ਚ ਪਾਊਂਗੀ 14x, ਇੱਥੇ ਮਾਈਨਸ 'ਚ ਪਾਊਂਗੀ 13x, ਇੱਥੇ ਪਲੱਸ ਮਾਈਨਸ ਦਾ ਹੀ ਪਏਗਾ 182। ਠੀਕ ਹੈ, ਸਮਝ ਲੱਗ ਗਈ ਨਾ ਤੁਹਾਨੂੰ ਕਿੱਦਾਂ ਹੋਇਆ, ਆ ਦੋਨੋਂ ਦੇਖ ਲਓ ਆ ਗਈਆਂ, ਉਸ ਕਿਹਨੂੰ ਕਿਹਦੇ ਨਾਲ ਕਰੀਏ ਐਕਸ ਦੀ ਸਕੇਅਰ, ਆ ਜਾਏ ਐਕਸ ਨਾਲ, ਐਕਸ ਨੂੰ ਕਿਹਦੇ ਨਾਲ ਕਰੀਏ 14x, ਆ ਜਾਏ 14 ਨਾਲ, ਆ ਡਿਟੋ ਸੇਮ ਇੱਧਰ ਲਿਖ ਲਿਆ, ਦੇਖੋ ਮੈਂ ਉੱਪਰ ਵੀ ਕਰਾ ਕੇ ਆਈਏ ਤੁਹਾਨੂੰ, ਕਿਹਨੂੰ ਕਿਹਦੇ ਨਾਲ ਕਰੀਏ 13 ਨੂੰ ਐਕਸ ਨਾਲ ਕਰਿਆ ਮਾਈਨਸ ਦਾ, ਇਹਨੂੰ ਇਹਦੇ ਨਾਲ ਕਰਿਆ, ਇੱਥੇ ਪਲੱਸ ਦਾ ਨਿਸ਼ਾਨ ਹੈਗਾ ਸੋਰੀ, ਠੀਕ ਹੈ, ਇਹਨੂੰ ਇਹਦੇ ਨਾਲ ਕਰਿਆ 14, ਦੇਖੋ ਹੋ ਗਿਆ ਬ੍ਰੈਕਟਾਂ ਦੇ ਬਾਹਰ ਵਾਲੇ। ਠੀਕ ਹੈ, ਸਿੰਪਲ ਬ੍ਰੈਕਟਾਂ ਦੇ ਅੰਦਰ ਵਾਲੇ ਜਿੱਦਾਂ ਮੈਂ ਪਹਿਲਾਂ ਕਿਹਾ ਸੀਗਾ, ਹੁਣ ਇਹ ਆ ਗਿਆ, ਫਿਰ ਇਹਨੂੰ ਇਕੁਅਲ ਟੂ 0 ਕਰ ਦਿਓ। ਇੱਕ ਸੰਖਿਆ ਕਿਹੜੀ, ਮੰਨ ਲਓ ਉੱਪਰ ਪੁੱਛਿਆ ਦੋ ਸੰਖਿਆ, ਹੁਣ ਇੱਕ ਸੰਖਿਆ ਕਿਹੜੀ ਹੈ 13, ਇੱਕ ਕਿਹੜੀ ਹੈ 14, ਦੇਖ ਲਓ, ਸਿੰਪਲ ਕੁਐਸਚਨ ਹੈਗੇ ਇਹ। ਅੱਗੇ ਨੈਕਸਟ ਕੁਐਸਚਨ 10th ਹੈਗਾ, 2 ਘਾਤੀ ਸਮੀਕਰਨ ਇੰਨਾ ਦਿੱਤਾ ਹੋਗਾ, ਮੂਲ ਪਤਾ ਕਰੋ, ਜੇਕਰ ਮੂਲ ਸੰਭਣਾ ਤਾਂ ਪਤਾ ਕਰਨਾ। ਠੀਕ ਹੈ, ਇਹ ਵੀ ਸਿੰਪਲ ਕੁਐਸਚਨ ਹੈਗਾ, ਦੇਖੋ 2x ਦੀ ਸਕੇਅਰ ਮਾਈਨਸ 6x ਪਲੱਸ 3, ਹੁਣ ਇਹਦਾ ਉਹ ਵਾਲਾ ਫੋਰਮੂਲਾ ਲੱਗੇਗਾ, ਏਸ ਐਕਸ ਸਕੇਅਰ ਪਲੱਸ ਬੀ ਐਕਸ ਪਲੱਸ ਸੀ ਇਜ਼ ਇਕੁਅਲ ਟੂ 0, ਤਾਂ ਇਹਦੇ ਵਿੱਚ ਏ ਕਿੰਨਾ ਹੈਗਾ ਏ ਹੈਗਾ 2, ਬੀ ਕਿੰਨਾ ਹੈਗਾ ਏ ਮਾਈਨਸ 6, ਅਤੇ ਸੀ ਕਿੰਨਾ ਹੈਗਾ 3। ਹੁਣ ਆਪਾਂ ਡਿਸਕ੍ਰਿਮੀਨੇਸ਼ਨ ਵਾਲਾ ਫੋਰਮੂਲਾ ਲਾਉਂਗੇ, ਚਾਹੇ ਤਾਂ ਤੁਸੀਂ ਉਹ ਮੇਰੇ ਵਾਲਾ ਮੈਥਡ ਕਰ ਲਓ ਜਿਹੜਾ ਉੱਪਰ ਕਰਕੇ ਆਏ ਆਪਾਂ। ਠੀਕ ਹੈ, ਜਿਹੜਾ ਕਰਕੇ ਨਾ ਕਿ ਇਹਨੂੰ ਇਹਦੇ ਨਾਲ ਗੁਣਾ ਕਰੀਏ ਕਿੰਨਾ ਹੋਵੇ
ਅਤੇ ਪਲੱਸ ਮਾਈਨਸ ਕਰੇ ਤਾਂ 6 ਆਵੇ, ਉਹ ਵਾਲਾ ਕਰ ਲਓ, ਚਾਹੇ ਡਿਸਕ੍ਰੀਮੀਨੇਸ਼ਨ, ਦੋਨੋਂ ਸੇਮ ਹੀ ਆਂਸਰ ਦੇਣਗੇ। ਠੀਕ ਹੈ, ਇਹ ਵਾਲਾ ਫੋਰਮੂਲਾ ਲਗਾ ਦਿਉ। ਹੁਣ ਬੀ ਵੀ ਪਤਾ, ਏ ਵੀ ਪਤਾ, ਸੀ ਵੀ ਪਤਾ, ਅਗਰ ਲਗਾ ਲੂੰਗੇ ਤਾਂ ਦੱਸੋ, ਅਗਰ ਨਹੀਂ ਲਗਾਉਂਗੇ ਤਾਂ ਮੈਂ ਕੱਢ ਕੇ ਦਿਖਾ ਦਿੰਦੀ ਹਾਂ। ਠੀਕ ਹੈ, ਚਲੋ ਮੈਂ ਕਰ ਹੀ ਦਿੰਦੀ ਹਾਂ ਸੋਲਵ। ਅਤੇ ਦੇਖੋ ਜਿਹੜਾ ਬੀ ਸੀਗਾ ਉਹਦੇ ਜਗ੍ਹਾ ਆਪਾਂ 6 ਦੀ ਸਕੇਅਰ ਭਰਤਾ, ਅੱਗੇ ਇਜ਼ੀਕਲ ਟੂ ਪਾ ਕੇ ਕਿੰਨਾ ਸੀ, ਮਾਈਨਸ ਪਾ ਕੇ ਕਿੰਨਾ ਸੀ 4, ਏ ਦੀ ਵੈਲਿਊ ਮੈਂ ਕਿੰਨੀ ਕੱਢੀ ਸੀ 2, ਅਤੇ ਬੀ ਦੀ ਕਿੰਨੀ ਕੱਢੀ ਸੀ 3। ਤਾਂ ਇਹਨਾਂ ਨੂੰ ਕਰਿਆ ਤਾਂ 36 ਮਾਈਨਸ ਕਿੰਨਾ ਆ ਜਾਏਗਾ 24, ਤਾਂ ਕਿੰਨਾ ਆ ਗਿਆ ਡੀ ਇਜ਼ੀਕਲ ਟੂ ਕਿੰਨਾ ਆ ਜਾਏਗਾ 12। ਠੀਕ ਹੈ, ਇਹ ਆਂਸਰ ਹੈਗਾ। ਹੁਣ ਆਪਾਂ ਨੈਕਸਟ ਕੁਸ਼ਚਨ ਦੇਖਦੇ ਹਾਂ ਬੱਚੋ। ਹੁਣ ਇਹਦੇ ਨਾਲ ਮੂਲ ਸੰਭਵ ਹੈ, ਕਿਉਂਕਿ ਡੀ 0 ਨਹੀਂ ਨਾ ਆਇਆ ਸਾਡਾ, ਅਗਰ ਡੀ 0 ਆ ਜਾਂਦਾ ਉਹ ਸੰਭਵ ਨਹੀਂ ਸੀ, ਪਰ ਹੁਣ ਡੀ 0 ਨਹੀਂ ਆਇਆ ਤਾਂ ਇਹ ਸੰਭਵ ਹੈਗਾ। ਤਾਂ ਆਪਾਂ ਕੱਢਦੇ ਹਾਂ ਐਕਸ ਮਾਈਨਸ, ਫਿਰ ਅੱਗੇ ਨੈਕਸਟ ਫੋਰਮੂਲਾ ਇਹ ਲੱਗਦਾ ਹੈ, ਜੇਕਰ ਸੰਭਵ ਹੁੰਦਾ ਹੈ ਤਾਂ ਇਹ ਵਾਲਾ ਫੋਰਮੂਲਾ ਲਗਾਉਣਾ। ਹੁਣ ਆਪਾਂ, ਅਤੇ ਇਹਦੇ ਵਿੱਚ ਬੀ ਕਿੰਨਾ ਸੀਗਾ 6, ਡੀ ਆਪਾਂ ਕੋਲ ਕਿੰਨਾ ਆ ਗਿਆ 12, ਅਤੇ ਵਟਾ ਕਿੰਨਾ ਆ ਗਿਆ 2 2। ਇਹਨੂੰ ਸਾਰੇ ਨੂੰ ਸੋਲਵ ਕਰਾਂਗੇ ਤਾਂ ਕਿੰਨਾ ਆ ਜਾਏਗਾ, 12 ਦਾ ਰੂਟ ਕਿੰਨਾ ਆਉਂਦਾ 2√3, ਠੀਕ ਹੈ, ਅਪੋਨ ਕਿੰਨਾ ਆ ਜਾਏਗਾ 4। ਫਿਰ ਹੁਣ ਆਪਾਂ ਇਹਨੂੰ ਡਿਸਕ੍ਰੀਮੀਨੇਸ਼ਨ ਮਤਲਬ ਐਲਸੀਐਮ ਕਰਨਾ, ਤਾਂ ਐਕਸ ਇਜ਼ੀਕਲ ਟੂ 6 ਦੀ ਵੀ ਨੀਚੇ ਕੀ ਆ ਜਾਏਗੀ, ਪਲੱਸ 4 ਆ ਜਾਏਗੀ, 2√3 ਦੀ ਵੀ ਕਿੰਨੇ ਆ ਜਾਏਗੀ ਨੀਚੇ 4 ਆ ਜਾਏਗੀ। ਹੁਣ ਇਹਦਾ ਆਪਾਂ ਕਟਿੰਗ ਕਰ ਦਿੰਦੇ, ਇਹਦੀ ਕਟਿੰਗ ਕਰਕੇ ਕਿੰਨਾ ਆਇਆ ਆਂਸਰ, 1 2 2 ਦੇ ਪਹਾੜੇ 'ਤੇ ਕੱਟ ਗਿਆ, ਜਿਹੜਾ 2 ਅਤੇ ਇਹ 4 ਨਾਲ ਕੱਟ ਗਿਆ, ਤਾਂ ਆਂਸਰ ਕਿੰਨਾ ਆਇਆ 3√2 ਮਾਈਨਸ √3/2। ਠੀਕ ਹੈ, ਇਹ ਆਂਸਰ ਹੈਗਾ ਬੱਚਿਓ। ਠੀਕ ਹੈ, ਡਿਸਕ੍ਰੀਮੀਨੇਟ ਇੱਦਾਂ ਤੁਸੀਂ ਕਰ ਲਿਓ। ਅੱਗੇ ਨੈਕਸਟ ਕੁਸ਼ਚਨ ਆ ਜਾਂਦਾ 12ਵਾਂ ਬੱਚਿਓ। 12ਵਾਂ ਕੁਸ਼ਚਨ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣਾ, ਜੇਕਰ ਸਮਝ ਆਉਂਦਾ, ਸੌਖਾ ਕੁਸ਼ਚਨ ਹੈਗਾ, ਠੀਕ ਹੈ, ਤਾਂ ਤੁਸੀਂ ਦੱਸਿਓ, ਅਗਰ ਨਹੀਂ ਆਇਆ ਫਿਰ ਮੈਨੂੰ ਦੱਸ ਦਿਓ, ਮੈਂ ਹੀ ਸੋਲਵ ਕਰਕੇ ਤੁਹਾਨੂੰ ਦੱਸ ਦੂੰਗੀ। ਅੱਗੇ ਨੈਕਸਟ ਹੈਗਾ 8 ਦੇ ਪਹਿਲੇ 15 ਗੁਣ, 8 ਦਾ ਟੇਬਲ ਲਿਖੋ, 1 8 8 ਆ, 2 8 16, 3 8 ਆ 24। ਠੀਕ ਹੈ, ਇੱਦਾਂ ਕਰਕੇ ਪਹਿਲੇ 15 ਗੁਣਾਂ ਦਾ ਜੋੜ ਫਲ ਤੁਸੀਂ ਪਤਾ ਕਰਨਾ ਹੈ। ਠੀਕ ਹੈ, ਹੁਣ ਮੈਂ ਆਪਾਂ 8 ਵਾਲੇ ਟੇਬਲ ਵਾਲਾ ਕਰਦੇ ਪਹਿਲਾਂ। ਏ ਕਿੰਨਾ ਆ ਗਿਆ 8, ਬੀ ਤੁਹਾਨੂੰ ਪਤਾ ਹੀ ਹੈ ਦੂਜੇ 'ਚੋਂ ਪਹਿਲਾਂ ਘਟਾਉਣਾ ਹੁੰਦਾ, ਤਾਂ 16 'ਚੋਂ 8 ਗਏ, ਕਿੰਨਾ ਆਇਆ ਬੱਚੋ 8। ਠੀਕ ਹੈ, ਫਿਰ ਇੱਥੇ ਹੁਣ ਹੈਗਾ ਜੋੜ ਪਤਾ ਕਰਨਾ, ਜਿਹੜਾ ਤਾਂ ਦੂਜਾ ਹੁੰਦਾ ਉਹਦੇ ਲਈ ਏ ਦਾ ਫੋਰਮੂਲਾ ਹੁੰਦਾ, ਜਿਹੜਾ ਐੱਸ ਵਾਲਾ ਲੱਗਣਾ ਇੱਥੇ ਫੋਰਮੂਲਾ ਜੋੜਫਲ ਵਾਲਾ। ਠੀਕ ਹੈ, ਤਾਂ ਆਪਾਂ ਜੋੜਫਲ ਵਾਲਾ ਫੋਰਮੂਲਾ ਲਿਖਦੇ ਹਾਂ, ਐੱਸ 15 ਇਜ਼ੀਕਲ ਟੂ ਐੱਨ ਅਪੋਨ 2 ਏ ਪਲੱਸ ਐੱਨ ਮਾਈਨਸ 1 ਡੀ। ਠੀਕ ਹੈ, ਇਹ ਵਾਲਾ ਫੋਰਮੂਲਾ ਲੱਗੇਗਾ। ਇਹ ਫੋਰਮੂਲੇ 'ਚ ਏ ਵੀ ਪੁੱਟ ਕਰ ਦਿਓ, ਬੀ ਵੀ ਪੁੱਟ ਕਰ ਦਿਓ, ਐੱਨ ਵੀ ਤੁਹਾਨੂੰ ਪਤਾ ਹੈ, ਐੱਨ ਕਿੰਨਾ ਹੈ 15 ਗੁਣੇ 'ਚ ਗਏ ਆ 15 ਪਤਾ ਹੈ। ਠੀਕ ਹੈ, ਫੋਰਮੂਲਾ ਪੁੱਟ ਕਰੋ, ਆਂਸਰ ਆ ਜਾਏਗਾ ਤੁਹਾਡੇ ਕੋਲ। ਠੀਕ ਹੈ, ਨੈਕਸਟ ਕੁਸ਼ਚਨ ਬੱਚੋ ਹੈਗਾ ਸਪਾਰਕਸ ਆ ਜਾਂਦਾ, 6 ਅੰਕ ਵਾਲੇ ਹੈਗੇ ਨੇ, ਇਹ ਵੀ ਸੋਲਵ ਕਰਕੇ ਦਿਖਾ ਦਿੰਦੀ ਹਾਂ, ਇਹ ਵੀ ਬਹੁਤ ਇੰਪੋਰਟੈਂਟ ਕੁਸ਼ਚਨ ਨੇ ਤੁਹਾਡੇ। ਠੀਕ ਹੈ, ਚਲੋ ਪਹਿਲਾ ਕੁਸ਼ਚਨ ਹੈਗਾ, ਪੜਤਾਲ ਕਰੋ ਸਮੀਕਰਨ ਦਾ ਜੋੜਾ, ਐਕਸ ਪਲੱਸ 3 ਵਾਈ ਇਜ਼ੀਕਲ ਟੂ 6 ਅਤੇ 2 ਐਕਸ ਮਾਈਨਸ 3 ਵਾਈ ਸੰਗਤ ਹਨ। ਠੀਕ ਹੈ, ਜਾਂ ਤਾਂ ਆਹ ਵਾਲਾ ਨੂਰੀ ਦੀ ਉਮਰ ਸੋਨੂੰ ਦੀ 3 ਗੁਣਾ ਹੈ, ਤਾਂ 10 ਸਾਲ ਬਾਅਦ ਨੂਰੀ ਦੀ ਉਮਰ ਸੋਨੂੰ ਦੀ ਉਮਰ ਦਾ ਦੁੱਗਣਾ ਹੋ ਜਾਵੇਗੀ, ਨੂਰੂ ਅਤੇ ਸੋਨੂੰ ਦੀ ਉਮਰ ਕਿੰਨੀ ਹੋਵੇਗੀ, ਤਾਂ ਮੈਂ ਇਹ ਵਾਲਾ ਸੋਲਵ ਕਰ ਦਿੰਦੀ ਹਾਂ ਬੱਚੋ। ਦੇਖ ਲਓ, ਮੰਨ ਲਓ ਕਿ ਨੂਰੀ ਦੀ ਉਮਰ ਐਕਸ ਹੈ ਅਤੇ ਉਹਦੀ ਉਸਰੇ ਦੀ ਹੈਗੀ ਹੈ ਵਾਈ, ਆਹ ਹੈਗੀ ਨੂਰੀ, ਇੱਥੇ ਤੁਸੀਂ ਲਿਖ ਲਿਓ ਕਾਪੀ 'ਚ ਪੂਰਾ, ਅਤੇ ਸੋਨੂੰ। ਠੀਕ ਹੈ, ਮੈਂ ਇਹਨੂੰ ਸੋਲਵ ਕਰਦੀ, ਕਹਿੰਦੇ 5 ਸਾਲ ਪਹਿਲਾਂ ਜਿਹੜੀ ਕਿੰਨੀ ਸੀਗੀ, ਅਤੇ ਨੂਰੀ ਦੀ ਉਮਰ ਸੋਨੂੰ ਦੀ ਉਮਰ 3 ਗੁਣਾ ਸੀ, 10 ਸਾਲ ਬਾਅਦ ਇੰਨੀ ਹੋਈ 3 ਗੁਣਾ, ਤਾਂ ਆਪਾਂ ਪਹਿਲਾਂ 5 ਸਾਲ ਪਹਿਲਾਂ ਚੱਲਦੇ ਹਾਂ, 5 ਸਾਲ ਪਹਿਲਾਂ, ਫਿਰ ਉਹਦੇ 'ਚ ਵੀ ਘਟਾ ਦਿੰਦੇ ਉਮਰ, ਉਹਦੇ 'ਚ ਵੀ ਘਟਾ ਦਿੰਦੇ ਆ। ਠੀਕ ਹੈ, ਫਿਰ ਕਹਿੰਦੇ 10 ਸਾਲ ਬਾਅਦ 3 ਗੁਣਾ ਹੋ ਜਾਂਦੀ ਆ, ਫਿਰ ਜੇ 10 ਸਾਲ ਬਾਅਦ ਕਰਨੀ ਆ ਤਾਂ ਐਕਸ ਪਲੱਸ 10 ਹੋਏਗਾ, ਫਿਰ ਵਾਈ ਪਲੱਸ ਵੀ 10 ਹੋਏਗਾ। ਠੀਕ ਹੈ, ਇਸ ਤੋਂ ਬਾਅਦ ਉਹ ਕਹਿੰਦੇ 3 ਗੁਣਾ ਹੋ ਜਾਂਦੀ ਆ, ਤਾਂ 3 ਗੁਣਾ ਕਰੀਏ ਸੋਨੂੰ ਦੀ ਉਮਰ ਤੋਂ, ਤਾਂ ਐਕਸ ਮਾਈਨਸ 5 ਤਾਂ 3 ਗੁਣਾ ਹੋ ਜਾਂਦੀ ਆ ਮੁੰਡੇ ਦੀ ਉਮਰ ਤੋਂ, ਵਾਈ ਮਾਈਨਸ 5। ਹੁਣ ਆਪਾਂ ਇਸ ਨੂੰ ਸੋਲਵ ਕਰਨਾ ਹੈ, ਮੈਂ ਇਸ ਨੂੰ ਸੋਲਵ ਕਰਨ ਲੱਗੀ। ਠੀਕ ਹੈ, ਇਹਨੂੰ ਧਿਆਨ ਨਾਲ ਦੇਖਿਓ, ਐਕਸ ਮਾਈਨਸ 5 3 ਗੁਣਾ ਹੋ ਜਾਂਦੀ ਆ, ਵਾਈ ਮਾਈਨਸ ਇਹਦੇ
ਠੀਕ ਹੈ, ਤਾਂ ਐਕਸ ਮਾਈਨਸ 5 ਇਹਦਾ ਕਿੰਨਾ ਆ ਗਿਆ 3 ਵਾਈ, ਆਹ ਜੇ ਆਪਾਂ ਇੰਨਾ ਕਿ ਸੋਲਵ ਕਰ ਰਹੇ ਹਾਂ, ਠੀਕ ਹੈ, ਮਾਈਨਸ 15 ਅੱਗੇ ਐਕਸ ਮਾਈਨਸ 5, ਉਸ ਤੋਂ ਬਾਅਦ ਇੱਧਰ ਮੈਂ 3 ਵਾਈ ਨੂੰ ਉੱਧਰ ਲੈ ਆਉਂਦਾ ਬਰਾਬਰ ਦੇ, 3 ਵਾਈ ਮਾਈਨਸ ਦਾ 15 ਪਲੱਸ ਦਾ ਹੋ ਜੂਗਾ ਇਜ਼ੀਕਲ ਟੂ 0, ਠੀਕ ਹੈ। ਹੁਣ ਜਦ ਇਜ਼ੀਕਲ ਟੂ 0 ਹੋ ਗਿਆ ਤਾਂ ਦੇਖੋ ਉਹ ਕਿਆ ਕਿਆ ਪਲੱਸ ਮਾਈਨਸ ਕੁਛ ਨਹੀਂ ਹੋ ਰਿਹਾ, ਤਾਂ ਐਕਸ ਮਾਈਨਸ 3 ਵਾਈ ਪਲੱਸ 10 ਇਜ਼ੀਕਲ ਟੂ 0, ਇਹ ਇੱਕ ਇਕੁਏਸ਼ਨ ਬਣ ਗਈ, ਠੀਕ ਹੈ। ਇੱਕ ਇਕੁਏਸ਼ਨ ਨੂੰ ਨੋਟ ਕਰ ਲਓ ਕਾਪੀ 'ਤੇ। ਹੁਣ ਪ੍ਰਸ਼ਨ ਦੇ ਅਨੁਸਾਰ ਆਪਾਂ ਕਹਿੰਦੇ ਉਹਦੇ ਵਿੱਚ ਬਾਅਦ 10 ਸਾਲ ਬਾਅਦ, ਹੁਣ ਐਕਸ ਪਲੱਸ 10 ਇਜ਼ੀਕਲ ਟੂ ਦੁੱਗਣਾ ਹੋ ਜਾਂਦਾ ਹੈ, ਦੇਖੋ ਨੂਰੀ ਦੀ ਉਮਰ ਦਾ ਦੁੱਗਣਾ, ਹੁਣ ਦੁੱਗਣਾ ਲਾਉਣਾ ਹੈ ਮੁੰਡੇ ਦੀ ਉਮਰ ਤੋਂ, ਵਾਈ ਪਲੱਸ 10, ਹੁਣ ਇਹਨੂੰ ਵੀ ਇਸੇ ਤਰੀਕੇ ਨਾਲ, ਇਹਦਾ ਕਿੰਨਾ ਆ ਜਾਏਗਾ 10, 2 ਵਾਈ, ਇਹ ਮਾਈਨਸ ਦਾ, ਇਹ ਵੀ ਮਾਈਨਸ ਦਾ ਇਜ਼ੀਕਲ ਟੂ 0, ਇਹਨੂੰ ਸਾਰੇ ਨੂੰ ਸੋਲਵ ਕਰਿਆ ਤਾਂ ਕਿੰਨਾ ਆ ਜਾਏਗਾ ਐਕਸ ਮਾਈਨਸ 2 ਵਾਈ ਮਾਈਨਸ 10, ਇਹ ਕਿਹੜੀ ਇਕੁਏਸ਼ਨ ਆ ਗਈ ਤੁਹਾਡੇ ਕੋਲ, ਦੂਸਰੀ, ਠੀਕ ਹੈ, ਇਹ ਦੂਸਰੀ ਇਕੁਏਸ਼ਨ ਆ ਗਈ। ਜਦੋਂ ਇਹ ਪਹਿਲੀ ਇਕੁਏਸ਼ਨ ਉੱਪਰ ਲਿਖਦੇ ਹਾਂ ਆਪਾਂ ਐਕਸ ਮਾਈਨਸ 2 ਵਾਈ ਮਾਈਨਸ 10, ਅਤੇ ਦੂਸਰੀ ਨੂੰ ਨੀਚੇ ਲਿਖਦੇ ਹਾਂ ਐਕਸ ਮਾਈਨਸ 3 ਵਾਈ ਪਲੱਸ 10, ਨਿਸ਼ਾਨ ਸਾਰੇ ਬਦਲ ਜੂੰਗੇ, ਠੀਕ ਹੈ। ਇਹਦੀ ਜਦੋਂ ਕਟਿੰਗ ਕੁਟਿੰਗ ਹੋਊਗੀ ਤਾਂ ਵਾਈ ਇਜ਼ੀਕਲ ਟੂ ਕਿੰਨਾ ਆ ਜਾਏਗਾ 20, ਠੀਕ ਹੈ, ਤਾਂ 20 ਉਮਰ ਹੋਏਗੀ, ਠੀਕ ਹੈ, ਮਤਲਬ ਮਾਈਨਸ। ਅੱਗੇ 15 ਹੈਗਾ, ਸਿੱਧ ਕਰੋ ਕਿ ਕਿਸੇ ਤ੍ਰਿਭੁਜ ਦੀ ਇੱਕ ਭੁਜਾ ਦੇ ਸਮਾਂਤਰ ਬਾਕੀ ਦੋ ਭੁਜਾਵਾਂ ਭਿੰਨ ਭਿੰਨ ਬਿੰਦੂਆਂ 'ਤੇ ਕੱਟਦੀਆਂ ਹਨ, ਠੀਕ ਹੈ। ਸਿੱਧ ਕਰਨਾ ਹੈਗਾ, ਇਹ ਤਾਂ ਆਪਾਂ ਉਹ ਦਿੱਤੀ ਹੋਈ ਆ, ਕਿਆ ਕਹਿੰਦੇ ਥਿਊਰਮ ਦਿੱਤੀ ਗਈ ਹੈ, ਮੈਂ ਥਿਊਰਮ ਥੱਲੇ ਪਿੰਨ ਕਰ ਰਹੀ ਹਾਂ, ਠੀਕ ਹੈ, ਕਮੈਂਟ ਦੇ ਵਿੱਚ ਵੀ ਥਿਊਰਮ ਪਿੰਨ ਹੋਏਗੀ, ਅਤੇ ਤੁਹਾਨੂੰ ਮੈਂ ਵੀਡੀਓ ਵੀ ਪਿੰਨ ਕਰ ਦਿੰਦੀ ਹਾਂ। ਥਿਊਰਮ ਹੈਗੀ ਹੈ, ਥਿਊਰਮ ਨੂੰ ਤੁਸੀਂ ਧਿਆਨ ਨਾਲ ਦੇਖ ਲਿਓ, ਮੈਂ ਥਿਊਰਮ ਚੰਗੀ ਤਰ੍ਹਾਂ ਸੋਲਵ ਕੀਤੀ ਹੋਈ ਹੈ, ਠੀਕ ਹੈ। ਉਸ ਤੋਂ ਅਗਲਾ ਨੈਕਸਟ ਕੁਸ਼ਚਨ ਹੈਗਾ, ਕਿਸੇ ਫੈਕਟਰੀ ਦੇ 50 ਮਜ਼ਦੂਰਾਂ ਦੀ ਰੋਜ਼ਾਨਾ ਮਜ਼ਦੂਰੀ ਹੇਠ ਲਿਖੇ ਅਨੁਸਾਰ ਹੈਗੀ ਆ, ਤਾਂ ਉਹ ਮਜ਼ਦੂਰੀ ਦੀ ਜਿਹੜੀ ਤੁਸੀਂ ਦੱਸਣੀ ਆ, ਠੀਕ ਹੈ, ਇਹ ਵੀ ਆਪਾਂ ਸੋਲਵ ਕਰ ਲੈਂਦੇ ਆ। ਇਹਨਾਂ ਨੇ ਕਿਆ ਪੁੱਛਿਆ, ਕਿਆ ਕਰਨਾ, ਮੱਧਮਾਨ ਕੱਢਣਾ, ਠੀਕ ਹੈ, ਮੱਧਮਾਨ ਮੱਧਿਕਾ ਬੋਲਕ ਮਤਲਬ ਮੀਨ ਕੱਢਣਾ ਹੈ, ਠੀਕ ਹੈ, ਮੀਨ ਕੱਢਦੇ ਹਾਂ ਆਪਾਂ ਸਾਰਿਆਂ ਦਾ। ਤੁਸੀਂ ਕੀ ਕਰਨਾ ਹੈ ਨਾ, ਇੱਥੇ ਐਫ ਆਈ ਐਕਸ ਆਈ ਮਤਲਬ ਇਹਦਾ ਮਿਡ ਵੈਲਿਊ, ਪਹਿਲਾਂ ਐਕਸ ਕੱਢਣੀ ਹੈ, ਇਹਦੀ ਮਿਡ ਵੈਲਿਊ ਕਿੰਨੀ ਹੋਏਗੀ 115, ਇਹਦੀ ਕਿੰਨੀ ਹੋਏਗੀ 130, ਇਹਦੀ ਕਿੰਨੀ ਹੋਏਗੀ 150, ਇਹਦੀ 110 ਹੋਏਗੀ, ਠੀਕ ਹੈ। ਮਿਡ ਵੈਲਿਊ ਕੱਢਣ ਤੋਂ ਬਾਅਦ 12 ਨੂੰ 10 ਨਾਲ ਗੁਣਾ, ਇਹਨੂੰ ਇਹਦੇ ਨਾਲ ਗੁਣਾ, ਇਹਨੂੰ ਇਹਦੇ ਨਾਲ ਗੁਣਾ, ਸਾਰਿਆਂ ਨੂੰ ਗੁਣਾ ਕਰਨਾ ਹੈ, ਫਿਰ ਤੁਹਾਡਾ ਜਿਹੜਾ ਐਫ ਆਈ ਐਕਸ ਆਈ ਦਾ ਜੋੜ ਇੱਥੇ ਆਏਗਾ ਉਹ ਕਿੰਨਾ ਆਏਗਾ, 78 ਆਏਗਾ, ਠੀਕ ਆ। ਫੋਰਮੂਲਾ ਹੈਗਾ ਸਮੀਸ਼ਨ ਐਫ ਆਈ ਐਕਸ ਆਈ ਅਪੋਨ ਸਮੀਸ਼ਨ ਐਫ ਆਈ, ਠੀਕ ਹੈ, ਤਾਂ ਕਿੰਨਾ ਆਏਗਾ ਉਹ 50 ਆਏਗਾ, ਇਹਦਾ ਜੋੜ 12, 14, 8, 6, 10 ਦਾ ਜੋੜ। ਜਦੋਂ ਇਹਦੀ ਕਟਿੰਗ ਹੋਏਗੀ ਤੁਹਾਡੀ 145.2 ਆਨਸਰ ਆਏਗਾ, ਇਹ ਕੱਢ ਕੇ ਦੇਖਣਾ ਖੁਦ ਤੁਸੀਂ ਬੱਚੇ, ਮੇਰੇ ਕੋਲ ਇੰਨੀ ਵੱਡੀ ਸਕਰੀਨ ਨਹੀਂ ਹੈਗੀ ਕਿ ਮੈਂ ਤੁਹਾਨੂੰ ਸੋਲਵ ਕਰਕੇ ਦਿਖਾ ਦੇਵਾਂ, ਤਾਂ ਇੱਦਾਂ ਹੀ ਕਰਨਾ। ਉਸ ਤੋਂ ਅਗਲਾ ਜਿਹੜਾ ਨੈਕਸਟ ਹੈਗਾ ਉਹਦਾ ਬਹੁਲਕ ਕੱਢਣਾ, ਬਹੁਲਕ ਮੋਡ, ਮੋਡ ਦਾ ਫੋਰਮੂਲਾ ਵੀ ਤੁਹਾਨੂੰ ਮੈਂ ਦੱਸ ਦਿੰਦੀ ਹਾਂ। ਇੱਥੇ ਹੋਏਗਾ ਐਨ ਪੋਨ 2, ਇੱਥੇ ਹੋਏਗਾ ਐਫ 1 ਮਾਈਨਸ ਐਫ 0, ਠੀਕ ਹੈ, ਇੱਦਾਂ ਕਰਕੇ ਫੋਰਮੂਲਾ ਹੋਏਗਾ, ਉਹ ਤੁਸੀਂ ਕੱਢਣਾ। ਬੱਚੇ ਅਗਰ ਚੈਨਲ 'ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਜਿਨ੍ਹਾਂ ਨੇ ਵੀਡੀਓ ਐਂਡ ਤੱਕ ਦੱਸੀ ਕਮੈਂਟ ਕਰਕੇ ਦੱਸਿਓ, ਥੈਂਕ ਯੂ।